हेलो, सत श्री अकाल जी। स्वागत है ताड़ा मेरे चैनल पंजाबी रसोई दे विच। फ्रेंड्स, आज असी चीज़ चिली बना के तैयार करांगे। उदली जड़ा जड़ा समान मैं लिया है तुहानू मैं नालों नाल दसी जावांगी। चलो फिर स्टार्ट करते हैं। सब तो पहला मैं कढ़ाई च तेल पा लिया। तेल मैं थोड़ा ज़्यादा पाया है क्योंकि सब तो पहला असी पनीर नू फ्राई करांगे। ए देखो, तेल गर्म हो गया है। इहदे विच हुण मैं पनीर पा दिता है। लो जी, हुण असी पनीर नू तल लांगे दोवां साइडां तों। बिल्कुल लो फ्लेम ते तुसीं इहनू तलना है। है देखो जी, पनीर साडा तलिया गया। हुण असी इहनू बाहर कढ लांगे। हुण मैं थोड़ा जिहा तेल कढ लांगे विच्चों क्योंकि तेल ज़्यादा सी। तेल च हुण असी गर्म करके पावांगे जीरा, प्याज ते हरी मिर्च। ये भी मैं पा दांगी। प्याज नू भुनना नहीं है असी, बस थोड़ा जिहा मतलब थोड़ा ढिला हो जाए, बस इन्ना कु करना है प्याज नू। ज़्यादा इहनू भुनना नहीं है क्योंकि चीज़ चिली दे विच ज़्यादा भुज्जिया भुज्जिया प्याज अच्छा नहीं लगता। लो जी, सिर्फ इन्ना कि असी इनू भुनना सी। टमाटर असी विच ऐड कर देंगे, कट्टे हुए टमाटर ऐड करके। हुण मैं चंगी तरह मिक्स करांगी इनू। नमक पा देंगे, नमक थोड़ा ही पाउणा क्योंकि सॉस भी पैनी है। फिर सॉस विच नमक ऑलरेडी हुंदा ही है, इस करके नमक तुसी थोड़ा ही पाउणा है। ਇਹ ਦੇਖੋ, 2 ਮਿੰਟ ਅਸੀਂ ਇਹਨੂੰ ਪਕਾਇਆ ਹੈ। ਹੁਣ ਮੈਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਈ ਹੈ। ਇਹਦੇ ਨਾਲ ਕਲਰ ਜਿਹੜਾ ਹੈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ। ਇਹ ਦੇਖੋ, ਮਿਕਸ ਕਰਾਂਗੇ ਚੰਗੀ ਤਰ੍ਹਾਂ ਇਹਨੂੰ। ਲਓ ਜੀ, ਦੇਖੋ 2 ਮਿੰਟ ਹੋ ਗਏ ਨੇ ਭੁੱਜਦਿਆਂ ਨੂੰ। ਟਮਾਟਰ ਸਾਡੇ ਬੜੇ ਵਧੀਆ ਮੈਸ਼ ਜਿਹੇ ਹੋ ਗਏ ਨੇ। ਹੁਣ ਮੈਂ ਸ਼ਿਮਲਾ ਮਿਰਚ ਪਾ ਰਹੀ ਹਾਂ, ਕੱਟੀ ਹੋਈ ਸ਼ਿਮਲਾ ਮਿਰਚ। ਇਹਨੂੰ ਪਾ ਕੇ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਇਹਦੇ ਵਿੱਚ ਜ਼ਿਆਦਾ ਮਸਾਲੇ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹ ਬਿਨਾਂ ਮਸਾਲਿਆਂ ਤੋਂ ਬਹੁਤ ਟੇਸਟੀ ਬਣਦੀ ਹੈ। 2 ਮਿੰਟ ਢੱਕ ਕੇ ਪਕਾਵਾਂਗੇ ਇਹਨੂੰ। ਲਓ ਜੀ, 2 ਮਿੰਟ ਅਸੀਂ ਇਹਨੂੰ ਪਕਾ ਲਿਆ। ਇਹ ਦੇਖੋ, ਹੁਣ ਮੈਂ ਥੋੜ੍ਹੀ ਜਿਹੀ ਇਹਦੇ ਵਿੱਚ ਸੋਇਆ ਸੌਸ ਪਾ ਰਹੀ ਹਾਂ। ਮਿਕਸ ਕਰਾਂਗੇ ਚੰਗੀ ਤਰ੍ਹਾਂ ਇਹਨੂੰ। ਥੋੜ੍ਹੀ ਜਿਹੀ ਮੈਂ ਇਹਦੇ ਵਿੱਚ ਟਮਾਟੋ ਸੌਸ ਪਾ ਰਹੀ ਹਾਂ। ਇਹ ਦੇਖੋ, ਪਾ ਕੇ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਅਤੇ ਇੱਕ ਮਿੰਟ ਲਈ ਅਸੀਂ ਇਹਨੂੰ ਪਕਾਵਾਂਗੇ ਕਿ ਤਾਂ ਜਿਹੜੀ ਸੌਸ ਹੈ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਦੇਖੋ, ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਇਹਨੂੰ ਪਕਾ ਲੈਣਾ 1 ਮਿੰਟ ਵਾਸਤੇ। ਲਓ ਜੀ, 1.5 ਮਿੰਟ ਬਾਅਦ ਅਸੀਂ ਚੈੱਕ ਕਰ ਰਹੇ ਹਾਂ। ਦੇਖੋ, ਹੁਣ ਅਸੀਂ ਜਿਹੜਾ ਆਪਣਾ ਪਨੀਰ ਅਸੀਂ ਤਲਿਆ ਹੋਇਆ ਉਹ ਵੀ ਅਸੀਂ ਇਹਦੇ ਵਿੱਚ ਮਿਕਸ ਕਰਾਂਗੇ ਅਤੇ ਪਨੀਰ ਨੂੰ ਮਿਕਸ ਕਰਕੇ 1.5 ਮਿੰਟ ਲਈ ਅਸੀਂ ਫਿਰ ਇਹਨੂੰ ਪਕਾਵਾਂਗੇ ਤਾਂ ਕਿ ਜਿਹੜੇ ਪਨੀਰ ਹੈ ਉਹ ਥੋੜ੍ਹਾ ਮਤਲਬ ਥੋੜ੍ਹਾ ਢਿੱਲਾ ਜਿਹਾ ਹੋ ਜਾਵੇ, ਮਸਾਲੇ ਮਿਕਸ ਹੋ ਜਾਣ ਚੰਗੀ ਤਰ੍ਹਾਂ। ਲਓ ਜੀ, ਕਿੰਨਾ ਸੋਹਣਾ ਕਲਰ ਆਇਆ ਹੈ। ਦੇਖੋ, ਸਬਜ਼ੀ ਸਾਡੀ ਬਣ ਕੇ ਬਿਲਕੁਲ ਤਿਆਰ ਹੈ। ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ, ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ। ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਚੀਜ਼ ਚਿੱਲੀ ਦੀ ਜਿਹੜੀ ਰੈਸਪੀ ਹੈ ਕਿਸ ਤਰ੍ਹਾਂ ਦੀ ਲੱਗੀ। ਥੈਂਕ ਯੂ।